ਕਿ ਜੇ ਭਗਵੰਤ ਦੀ ਜੇ ਅੱਜ ਜ਼ਿੰਮੇਵਾਰ ਹੈ ਸਿੱਧੂ ਮੂਸੇਵਾਲੇ ਦੀ ਮੌਤ ਦਾ, ਤੇ ਜਿਹਨੇ ਉਹਦੀ ਸਿਕਿਉਰਿਟੀ ਘਟਾਈ, ਉਹ ਸਿਕਿਉਰਿਟੀ ਘਟਾਉਣ ਵਾਲਾ ਕੌਣ ਸੀ? ਮੁੱਖ ਮੰਤਰੀ ਭਗਵੰਤ ਮਾਨ। ਤੇ ਉਸ ਸਿਕਿਉਰਿਟੀ ਦੀ ਖਬਰ ਦੇਣ ਵਾਲਾ ਕੌਣ ਸੀ? ਭਗਵੰਤ ਮਾਨ ਦਾ ਐਡਵਾਈਜ਼ਰ ਬਲਤੇਜ ਪੰਨੂ। ਔਰ ਅੱਜ ਮੈਂ ਤੁਹਾਡੇ ਵਿੱਚ ਇਹ ਕਹਿ ਕੇ ਚੱਲਿਆ ਔਰ ਐਲਾਨ ਕਰਕੇ ਚੱਲਿਆ, ਅਖਬਾਰ ਵਾਲਿਆਂ ਨੂੰ ਕਹਿੰਦਾ ਠੋਕ ਕੇ ਛਾਪਿਓ ਇਹ ਗੱਲ, ਜਿਸ ਦਿਨ ਮਜੀਠੇ ਦੀ ਵਾਰੀ ਆ ਗਈ ਨਾ ਤੇਰੀਆਂ ਚੀਕਾਂ ਵੀ ਕਢਾਉ ਤੇ ਪਹਿਲਾਂ ਪਰਚਾ ਵੀ ਠੋਕ ਕੇ ਤੇਰੇ। ਮੈਨੂੰ 6 ਮਹੀਨੇ ਅੰਦਰ ਰੱਖਿਆ ਤੇ ਮੈਂ ਜਿੰਨੀ ਵਾਰੀ ਬਾਹਰ ਆਉਂਦਾ ਨਾ ਇੱਕੋ ਗੱਲ ਕਹਿੰਦਾ ਕਿ ਪੱਟਾਂ ਨੂੰ ਹੱਥ ਮਾਰ ਕੇ ਕਹਿੰਦਾ ਪਿਓ ਦਾ ਪੁੱਤਰ ਜੇ ਦੇ ਅਗਲਾ ਪਰਚਾ ਨਹੀਂ ਤਾਂ 2.5 ਸਾਲ ਨਿਕਲ ਗਏ ਤਾਂ ਪੁੱਠੀ ਗਿਣਤੀ ਤੇਰੀ ਸ਼ੁਰੂ ਹੋ ਗਈ। ਕਦੇ ਇਹ ਨਾ ਸਮਝੀ ਕਿ ਮਜੀਠੀਏ ਨੂੰ ਪਰਚੇ ਦੇ ਤੋਂ ਕਹਿ ਕੇ ਡਰਾ ਲੈਣ। ਮਜੀਠੀਏ ਨੇ ਤੇਰੀਆਂ ਦੌੜਾਂ ਲਵਾਉਣੀਆਂ ਹੀ ਲਵਾਉਣੀਆਂ ਕਈ ਮੁੱਦਿਆਂ ਦੇ। ਅੱਜ ਜਿੰਨੀ ਕਰਪਸ਼ਨ, ਜਿੰਨਾ ਭ੍ਰਿਸ਼ਟਾਚਾਰ ਅੱਜ ਦੇ ਜ਼ਮਾਨੇ 'ਚ ਚੱਲ ਰਿਹਾ, ਕੋਈ ਦਫ਼ਤਰ 'ਚ ਸੁਣਵਾਈ ਹੈ ਕਿਸੇ ਲੈਵਲ 'ਤੇ? ਕਿਸੇ ਦਫ਼ਤਰ 'ਚ ਚਲੇ ਜਾਓ ਥੱਲਿਓਂ ਲੈ ਕੇ ਉੱਤੇ ਤੱਕ, ਭ੍ਰਿਸ਼ਟਾਚਾਰ ਤੋਂ ਸਿਵਾਏ ਕਿਸੇ ਕੰਮ ਦਾ ਬੋਲਬਾਲਾ ਨਹੀਂ। ਇਹ ਸਰਕਾਰ ਜਿਹੜੀ ਚੱਲਦੀ ਹੈ ਇਹ ਸ਼ਰਾਬ ਘੁਟਾਲੇ ਅਤੇ ਰੇਤ ਘੁਟਾਲੇ 'ਤੇ ਚੱਲਦੀ ਹੈ। ਜਿਹੜੀ ਕਹਿੰਦੇ ਸੀ ਅਸੀਂ ਰੇਤ ਸਸਤੀ ਕਰਾਂਗੇ, ਅੱਜ ਜੇ ਸਭ ਤੋਂ ਮਹਿੰਗੀ ਰੇਤ ਜੇ ਸਾਰੇ ਦੇਸ਼ 'ਚ ਮਿਲਦੀ ਹੈ ਤਾਂ ਅੱਜ ਭਗਵੰਤ ਦੇ ਰਾਹ 'ਚ ਮਿਲਣ। ਔਰ ਜਿੰਨੇ ਇਹ ਕੰਮ ਕਰਦੇ ਆ ਜਾ ਕੇ ਰੋਪੜ ਦੀ ਰੋਜ਼ ਤਸਵੀਰ ਉਹਨਾਂ ਦੀ, ਇਹਨਾਂ ਦੇ ਵਜ਼ੀਰ ਬੈਂਚ ਨਾਲ ਆਉਂਦੇ ਆ, ਇਹਨਾਂ ਦੇ ਵਜ਼ੀਰਾਂ ਦੇ ਕਾਰਨਾਮੇ। ਮੈਨੂੰ ਤਾਂ ਨਹੀਂ ਲੱਗਦਾ ਇਸ ਬਦਲਾਵ ਲਈ ਵੋਟਾਂ ਪਾਈਆਂ ਸੀ। ਸਾਡੇ ਉੱਥੇ ਨਾ ਗੁਰਦਾਸਪੁਰ ਇਲਾਕੇ ਦਾ ਇੱਕ ਇਹਨਾਂ ਦਾ ਵਜ਼ੀਰ ਆ ਕਟਾਰੂ ਚੱਕ, ਬਾਪੂ ਜੀ ਸੁਣਿਆ ਉਹਦਾ ਨਾਮ? ਲੋਕ ਡਰਦੇ ਜਾਂਦੇ ਨਹੀਂ ਹੋਣ। ਮੈਂ ਕਈ ਕੈਂਡੀਡੇਟਾਂ ਨੂੰ ਪੁੱਛਿਆ ਮੈਂ ਉਹ ਪਹਾੜੀ ਕਿਤੇ ਨਹੀਂ ਜਾਂਦੇ, ਕਹਿੰਦੇ ਕਿੱਥੇ ਜਾਣਾ ਉੱਥੇ ਕਟਾਰੂ ਚੱਕ ਰਹਿੰਦਾ। ਇਹਨਾਂ ਦਾ ਇੱਕ ਹੋਰ ਵਜ਼ੀਰ ਆ ਬਲਕਾਰ ਸੋਂ, ਉਹਦੀ ਵੀਡੀਓ ਅਸੀਂ ਦੇ ਕੇ ਆਏ। ਇਹ ਪੁੱਠੇ ਪੁੱਠੇ ਕੰਮ ਕਿ ਸ਼ਬਦਾਂ ਨਾਲ ਬਿਆਨ ਨਹੀਂ ਕੀਤੇ ਜਾ ਸਕਦੇ ਸਟੇਜਾਂ ਤੋਂ, ਕਿ ਇਹ ਬਦਲਾਵ ਹੈ ਜੀ।